ਉਹ ਕਹਿੰਦਾ ਸੂਡੇ ਪੁਲਿਸ ਨਾਲ ਸਾਨੂੰ ਕੁਝ ਕਰ ਨਹੀਂ ਸਕਦੀ, ਕਹਿੰਦਾ ਸੂਡੇ ਮੁੰਡੇ ਸਾਨੂੰ ਕਿੱਥੋਂ ਲੱਭ ਲੈਣਗੇ, ਕਹਿੰਦਾ ਸਾਡੇ ਖੂਫੀਆ ਏਜੰਸੀਆਂ ਤੁਸੀਂ ਕਿੱਥੋਂ ਲੱਭਣੋ, ਕਹਿੰਦਾ ਤੁਸੀਂ ਤਾਂ ਕਹਿੰਦਾ ਸਾਰੀ ਉਮਰ ਲੱਗੀ ਰਹੋ ਤੂੰ ਨਹੀਂ ਪੜਿਆ ਜਾਂਦਾ, ਨਾ ਕਹਿੰਦੇ ਅਸੀਂ ਹੱਟੀਏ ਸਾਨੂੰ ਤਾਂ ਸਰੇਆਮ ਕਹਿੰਦੇ ਨੇ ਉਹ ਪੁਲਿਸ ਸਵੇਰੇ ਉੱਥੇ ਬੈਠੇ ਰੇਠਾਣਾ ਚ ਉਹਨੂੰ ਇੰਨਾ ਇੱਕ ਸੂਬੇਦਾਰ ਦਾ ਮੁੰਡਾ ਰੰਦੇ ਤੋਂ ਰਿਟਾਇਰ ਹੋਇਆ ਜਿਹਦੇ ਉਹ ਮੁੰਡਾ ਮਰਿਆ ਗਾ ਉਹਦੇ ਚਾਚੇ ਦਾ ਮੁੰਡਾ ਕੋਈ ਪਤਾ ਨਹੀਂ ਕਿਵੇਂ ਰਿਸ਼ਤੇ ਚ ਉਹਦਾ ਕੋਈ ਕਜ਼ਨ ਹੈਗਾ, ਉਹ ਅੱਗੇ ਪੁਲਿਸ ਵਾਲਿਆਂ ਨੂੰ ਏਐਸਆਈ ਸਾਹਿਬ ਬੈਠੇ ਸੀਗੇ ਐਸਐਚਓ ਸਾਹਿਬ ਤਾਂ ਹੈ ਨਹੀਂ ਸੀਗੇ, ਉਹਨੂੰ ਇੰਨਾ ਕਿਹਾ ਕਹਿੰਦਾ ਜੀ ਅਸੀਂ ਮੈਂ ਕਿਹਾ ਮਹਾਂ ਰੱਬ ਤੋਂ ਤਾਂ ਡਰ ਲੋਈ ਤੁਹਾਡੇ ਵੀ ਜਵਾਕ ਨੇ ਅਸੀਂ ਵੀ ਸਾਡੇ ਵੀ ਭਰਾ ਨੇ ਤੇ ਬਸ ਹੱਸ ਕੇ ਮੁੜ ਕੇ ਕੋਈ ਗੱਲ ਨਹੀਂ ਕਰੀ ਸਾਡੇ ਨਾਲ, ਸਾਨੂੰ ਐ ਵੀ ਨਹੀਂ ਕਹਿੰਦੇ ਵੀ ਯਾਰ ਤੁਹਾਡੇ ਨਾਲ ਖੜੇ ਡਟ ਕੇ, ਇੰਨਾ ਵੀ ਨਹੀਂ ਕਹਿੰਦੇ ਉਹ ਤਾਂ ਕਹਿਣਾ ਕੀ ਹੈਗਾ ਜਾਂ ਫਿਰ ਸਾਡੇ ਪਿੰਡ ਉਠਾਣੇ ਦੀ ਗੱਲ ਲੋਕ ਨੌਜਵਾਨ ਨੇ ਜੋ ਗੱਲ ਕਹੀ ਹੈ ਇੱਕ ਜੋ ਪੰਜਾਬ ਚ ਇਹ ਬਦਲਾਅ ਹੈ ਉਹ ਬਦਲਾਅ ਦੀ ਨਿਸ਼ਾਨੀ ਹੈ, ਸਾਡੇ ਨੌਜਵਾਨ ਅੱਜ ਖੁਦ ਅੱਗੇ ਆ ਕੇ ਇਸ ਚੀਜ਼ ਤੇ ਕਾਬੂ ਕਰਨਾ ਚਾਹੁੰਦੇ ਆ ਔਰ ਸਰਕਾਰ ਪੂਰੀ ਤਰ੍ਹਾਂ ਇਹਨਾਂ ਨਾਲ ਹੈ। ਪਹਿਲਾਂ ਜਦੋਂ ਵੀ ਇਹਨਾਂ ਨੇ ਕਿਹਾ ਐਸਐਸਪੀ ਸਾਹਿਬ ਨੂੰ, ਮੈਂ ਪਹਿਲਾਂ ਕਿਹਾ ਮਨਜੀਤ ਸਿੰਘ ਜੀ ਐਸਐਚਓ ਖੜੇ ਨੇ, ਇੱਕ ਗੱਲ ਤੁਸੀਂ ਧਿਆਨ ਨਾਲ ਸੁਣ ਲਓ, ਪੰਜਾਬ ਸਰਕਾਰ ਵੱਲੋਂ ਇਹ ਸਖ਼ਤ ਹਦਾਇਤਾਂ ਮੈਂ ਪਹਿਲਾਂ ਵੀ ਕਹਿ ਚੁੱਕਿਆ ਵੀ ਅਜਿਹੇ ਲੋਕਾਂ ਤੇ ਤੁਰੰਤ ਨੱਥ ਪਾਓ, ਕਿਸੇ ਨਾਲ ਕੋਈ ਕਿਸੇ ਦੀ ਲਿਹਾਜ਼ ਨਹੀਂ, ਜੇ ਇਹ ਮੁੰਡੇ ਫੜ ਸਕਦੇ ਤਾਂ ਪੁਲਿਸ ਕਿਉਂ ਨਹੀਂ ਫੜ ਸਕਦੀ, ਅਸੀਂ ਲੱਖਾਂ ਰੁਪਏ ਕਰੋੜਾਂ ਰੁਪਏ ਤਨਖਾਹਾਂ ਕਿਸ ਚੀਜ਼ ਲਈ ਦਿੰਦੇ ਹਾਂ। ਸੋ ਤੁਹਾਨੂੰ ਸਮਾਂ ਦਿੰਦੇ ਹਾਂ ਇੱਕ ਹਫ਼ਤੇ ਦਾ ਕਿ ਸਾਰੇ ਜਿਹੜੇ ਇਸ ਤਰ੍ਹਾਂ ਦਾ ਕੰਮ ਕਾਰ ਕਰਨ ਵਾਲੇ ਆ ਉਹਨਾਂ ਨੂੰ ਜਲਦੀ ਤੋਂ ਜਲਦੀ ਫੜ ਕੇ ਉਹਨਾਂ ਨੂੰ ਸਲਾਖਾਂ ਦੇ ਅੰਦਰ ਦਿਓ ਤਾਂ ਜੋ ਅਸੀਂ ਆਪਣੇ ਬੱਚਿਆਂ ਨੂੰ ਬਚਾ ਸਕੀਏ, ਕਿਉਂਕਿ ਸਾਡਾ ਸਭ ਤੋਂ ਪਹਿਲਾ ਜਿਹੜਾ ਮਕਸਦ ਹੈ ਕਿ ਸਾਡੀ ਅਸੀਂ ਜਵਾਨੀ ਨੂੰ ਬਚਾਉਣਾ, ਉਹਦੇ ਲਈ ਸਰਕਾਰ 0% ਟੋਲਰੈਂਸ ਹੈ, ਕਿਸੇ ਨਾਲ ਕੋਈ ਲਿਹਾਜ਼ ਨਹੀਂ ਹੈ, ਭਾਵੇਂ ਸਾਡਾ ਕੋਈ ਵਰਕਰ ਹੈ ਭਾਵੇਂ ਸਾਡੇ ਕੋਈ ਪਰਿਵਾਰ ਦਾ ਮੈਂਬਰ, ਮੈਂ ਪਹਿਲਾਂ ਵੀ ਕਹਿ ਚੁੱਕਿਆ। ਸੋ ਤੁਹਾਨੂੰ ਵੀ ਇਹਦੇ ਲਈ ਕੋਈ ਫੋਨ ਨਹੀਂ ਆਊਗਾ ਕਿ ਆਹ ਤੁਸੀਂ ਫੜਿਆ ਭਾਈ ਇਹਨੂੰ ਛੱਡ ਦਿਓ, ਮੇਰੇ ਵੱਲੋਂ ਇਸ ਇਲਾਕੇ ਵੱਲੋਂ ਸਾਰੇ ਪੰਜਾਬ 'ਚ ਹੀ ਹੈ ਮੇਰੇ ਵੱਲੋਂ ਇਹ ਹੈ, ਸਮਝ ਲਓ ਕਿ ਤੁਹਾਨੂੰ ਨਾ ਮਾਨ ਸਾਹਿਬ ਫੋਨ ਕਰਨਗੇ, ਕਿਸੇ ਅਫਸਰ ਨੂੰ ਨਾ ਸਾਡਾ ਕੋਈ ਮੰਤਰੀ ਕਰੂ ਨਾ MLA ਕਰੂਗਾ, ਔਰ ਤੁਸੀਂ ਬਿਨਾਂ ਕਿਸੇ ਝਿਜਕ ਤੋਂ ਅਜਿਹੇ ਸ਼ਰਾਰਤੀ ਅਨਸਰਾਂ ਦੇ ਜਿਹੜੇ ਸਾਡੇ ਬੱਚਿਆਂ ਨੂੰ ਸਾਡੀ ਜਵਾਨੀ ਨੂੰ ਬਰਬਾਦ ਕਰ ਰਹੇ ਆ, ਇਹ ਤੇ ਸਖ਼ਤ ਐਕਸ਼ਨ ਲਓ, ਇਹ ਸਾਡੀ ਸਰਕਾਰ ਦੀ ਇਹ ਸਖ਼ਤ ਹਦਾਇਤ ਹੈ। ਜਿਨ ਇਹ ਆਪਣੇ ਆਪ ਹੀ ਮੁੰਡੇ ਤੁਹਾਨੂੰ ਉਸ ਤਰੀਕੇ ਨਾਲ ਕੁਛ ਦੱਸਣਗੇ ਵੀ, ਸਬੂਤ ਵੀ ਦੇਣਗੇ, ਜੇ ਜ਼ਰੂਰਤ ਹੈ ਤੁਸੀਂ ਇਹਨਾਂ ਦਾ ਸਾਥ ਲੈ ਸਕਦੇ ਹੋ, ਨਹੀਂ ਤੁਹਾਡੇ ਕੋਲ ਆਪਣਾ ਇੰਟੈਲੀਜੈਂਸ ਬਹੁਤ ਹੈ, ਔਰ ਮੈਨੂੰ ਲੱਗਦਾ ਕਿ ਸਾਡੀ ਪੰਜਾਬ ਦੀ ਪੁਲਿਸ ਇਸ ਚੀਜ਼ ਦੇ ਸਮਰੱਥ ਹੈ ਕਿ ਉਹ ਛੇਤੀ, ਕਿਉਂਕਿ ਉਹਨਾਂ ਤੇ ਕੋਈ ਹੁਣ ਰਾਜਨੀਤਿਕ ਦਬਾਅ ਹੈ ਨਹੀਂ, ਔਰ ਇਸ ਚੀਜ਼ ਨੂੰ ਜਲਦੀ ਤੋਂ ਜਲਦੀ ਕਾਬੂ ਕਰੂਗੀ, ਔਰ ਸਰਕਾਰ ਨੂੰ ਇਸ ਲਈ ਜੋ ਲੋਕਾਂ ਨਾਲ ਅਸੀਂ ਵਾਅਦੇ ਕੀਤੇ ਹੈ ਸੱਚਾ ਪ੍ਰਸ਼ਾਸਨ ਦੇਣ ਦੇ ਉਹ ਆਪਾਂ ਪੂਰੇ ਕਰਾਂਗੇ। ਨਹੀਂ ਬੇਟੇ ਨਹੀਂ यदि आपको हमारी ये वीडियो पसंद आई तो हमारे चैनल को लाइक शेयर और सब्सक्राइब करें, ऐसी और अपडेट्स देखने के लिए बेल आइकॉन जरूर दबाएं।